ਠੀਕ ਹੋ ਆ ਤੁਹਾਡੀ ਵੀਡੀਓ ਵੀ ਨਾਲ ਨਾਲ ਵਧਾ ਰਿਹਾ ਮੈਂ ਕਿਹਾ ਬਾਈ ਨੂੰ ਵੀਡੀਓ 'ਚ ਲੈ ਲਈਏ ਆਪਾਂ ਮੁਬਾਰਕਾਂ ਬਾਈ ਬਹੁਤ ਬਹੁਤ ਮਾਤਾ ਜੀ ਨੂੰ ਪਹੁੰਚਦਾ ਕਰਤਾ ਮਾਤਾ ਜੀ ਕੋਲ ਟਰੈਕਟਰ ਬਾਈ ਕਿਵੇਂ ਲੱਗ ਰਿਹਾ ਵੈਸੇ ਹੁਣ ਤੱਕ ਦੇਖਣ 'ਚ ਤਾਂ ਚਲਾਉਣ ਤਾਂ ਤੁਸੀਂ ਬਾਅਦ 'ਚੋਂ ਦੱਸੋਗੇ ਸਾਨੂੰ ਬਹੁਤ ਵਧੀਆ ਬਹੁਤ ਜ਼ਿਆਦਾ ਵਧੀਆ ਲੱਗਦਾ ਖੜਾ ਜਿਵੇਂ ਤੁਸੀਂ ਇਹ ਲੱਗਦਾ ਵੀ ਏਜੰਸੀ 'ਚੋਂ ਆਇਆ ਬਿਲਕੁਲ ਏਜੰਸੀ ਦੇ ਉੱਪਰ ਕੰਮ ਕਰਿਆ ਬਾਈ ਅਸੀਂ ਏਜੰਸੀ ਦੇ ਉੱਪਰ ਆਇਆ ਬਰੀਕੀ ਛੋਟੀ ਛੋਟੀ ਚੀਜ਼ ਤੇ ਧਿਆਨ ਦਿੱਤਾ ਪਰ ਫਿਰ ਵੀ ਜੇ ਕੋਈ ਰਹਿ ਗਈ ਹੋਵੇ ਤਾਂ ਜਦੋਂ ਮਰਜ਼ੀ ਤੁਸੀਂ ਸਾਨੂੰ ਫੋਨ ਮਾਰਿਓ ਅਸੀਂ ਕਰਕੇ ਜਾਵਾਂਗੇ ਇਹਦਾ ਮੁੰਡੇ ਦਾ ਮਾਸੜ ਆ ਇੰਟਰੋਡਕਸ਼ਨ ਕਰ ਜੀ ਜੀ ਹਾਂ ਮੁੰਡੇ ਮੁੰਡੇ ਮਾਸੜ ਨੂੰ ਸਤਿ ਸ਼੍ਰੀ ਅਕਾਲ ਪਲਾ ਦੋ ਜੀ ਕਮੈਂਟ ਕਹਿ ਦਾਂਗੇ ਕਮੈਂਟ ਕਰ ਦੋ ਹੈ ਵੀਰੇ ਮੁੰਡੇ ਦਾ ਮਾਸੜ ਅਸੀਂ ਆਸਟ੍ਰੇਲੀਆ ਰਹਿੰਦੇ ਹਾਂ ਅੱਛਾ ਜੀ ਠੀਕ ਹੈ ਜੀ ਇਹਨਾਂ ਦਾ ਵੀ ਅਤੇ ਹਾਂਜੀ ਦੋਸਤੋ ਵਰਕਸ਼ਾਪ ਤੋਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਅੱਜ ਡਿਲੀਵਰੀ ਆ ਫੋਰਡ 3600-1982 ਮਾਡਲ ਦੀ ਅਤੇ ਬਹੁਤ ਸੋਹਣਾ ਟਰੈਕਟਰ ਤਿਆਰ ਹੋਏਗਾ ਅਤੇ ਹੁਣ ਆਪਾਂ ਬਸ ਜਲਦੀ ਜਲਦੀ ਬਾਈ ਹੋਰਾਂ ਦੇ ਪਿੰਡ ਪਹੁੰਚਦੇ ਬਾਈ ਹੋਰੀ ਤਾਂ ਬਾਹਰ ਨੇ ਜਿਨ੍ਹਾਂ ਦੇ ਇਹ ਟਰੈਕਟਰ ਹੈਗਾ ਅਤੇ ਉਹਨਾਂ ਦੇ ਮਾਤਾ ਜੀ ਹੋਣਗੇ ਬਾਕੀ ਉਹਨਾਂ ਦੇ ਯਾਰ ਦੋਸਤ ਯਾਰ ਮਿੱਤਰ ਹੋਣਗੇ ਅਤੇ ਉਹਨਾਂ ਨਾਲ ਹੀ ਬਸ ਐਂ ਨਾਲੋ ਵੀ ਡਿਲੀਵਰੀ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ ਉਹਨਾਂ ਨੂੰ ਮਿਲਦੇ ਹਾਂਗੇ ਅਤੇ ਰਸਤੇ ਦੇ ਵਿੱਚ ਟਰੈਕਟਰ ਦੇ ਵਿਊ ਦਿਖਾਉਣੇਗੇ ਇਸੇ ਤਰੀਕੇ ਨਾਲ ਪਿਆਰ ਬਣਾਈ ਰੱਖੋ ਚੈਨਲ ਸਬਸਕ੍ਰਾਈਬ ਕਰੋ ਅਤੇ ਵੀਡੀਓ ਸ਼ੁਰੂਆਤ ਕਰਦੇ ਹਾਂ ਹਾਂਜੀ ਇਹ ਫੋਰਡ 3600 ਹੈਗਾ ਜੀ 1982 ਮਾਡਲ ਅਤੇ 1982 ਮਾਡਲ ਦਾ ਬਾਈ ਐਂ ਲਾ ਲਓ ਵੀ 2023 ਖਤਮ ਹੋਣ ਵਾਲਾ 2024 ਮਾਡਲ ਬਣਾਇਆ ਆਪਾਂ ਨੇ 24 ਮਾਡਲ ਸਮਝ ਕੇ ਵੀ ਬਣਾਇਆ ਹੈਗਾ ਪਰ ਹੈਗਾ 1982 ਰਹੂਗਾ ਕਾਗਜ਼ਾਂ 'ਚ ਤਾਂ ਪਰ ਜਮਾਂ ਐਂ ਲਾ ਲਓ ਵੀ ਬੁੜੇ ਟਰੈਕਟਰ ਨੂੰ ਆਪਾਂ ਨੇ ਜਵਾਨ ਕਰਤਾ ਇਹਦੀਆਂ ਕੁਛ ਤਸਵੀਰਾਂ ਪਹਿਲਾਂ ਵਾਲੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਉਸ ਤੋਂ ਬਾਅਦ ਬਸ ਹਾਲਤ ਇਹਦੀ ਮਾੜੀ ਸੀ ਬਾਈ ਅਤੇ ਮਾੜੀ ਹਾਲਤ ਤੋਂ ਬਾਅਦ ਇੰਨਾ ਕੁਛ ਕਰਨ ਵਾਸਤੇ ਸਾਰਾ ਕੁਛ ਹੀ ਚੇਂਜ ਕਰਨਾ ਪੈਂਦਾ ਪੈਸੇ ਵੀ ਬਹੁਤ ਲੱਗ ਜਾਂਦੇ ਨੇ ਪਰ ਜੇ ਪੈਸੇ ਲੱਗਦੇ ਨੇ ਬਾਈ ਫਿਰ ਟਰੈਕਟਰ ਵੀ ਮੂੰਹੋਂ ਬੋਲਦਾ ਹੈਗਾ ਉਹ ਤੁਹਾਡੇ ਸਾਹਮਣੇ ਹੁਣ ਹੈਗਾ ਹੀ ਹੈਗਾ ਬੋਲਣ ਲੱਗਿਆ ਪਿਆ ਵੀ ਹਾਂ ਵੀ ਮਾਰਦਾ ਪੱਟਾਂ 'ਤੇ ਥਾਪੀਆਂ ਅਤੇ ਚਲੋ ਹੁਣ ਇਹਦੇ ਬਾਰੇ ਦੱਸਦੇ ਹਾਂ ਬਾਈ ਇਹਦੇ ਆਪਾਂ ਨੇ ਕੀ ਕੀਤਾ ਹੈਗਾ ਸਭ ਤੋਂ ਪਹਿਲਾਂ ਇਹਨੂੰ ਕੀਤਾ ਪਾਵਰ ਸਟੇਅਰਿੰਗ ਪਾਵਰ ਸਟੇਅਰਿੰਗ ਦੀ ਪਹਿਲਾਂ ਫੋਰਡ ਦੇ ਵਿੱਚ ਥੋੜ੍ਹੀ ਜਿਹੀ ਦਿੱਕਤ ਸਪੈਂਡਲ ਤੋੜਨ ਵਾਲੀ ਦਿੱਕਤ ਸੀ ਜਾਂ ਕੋਈ ਹੋਰ ਸਟੇਅਰਿੰਗ ਥੋੜ੍ਹਾ ਜਿਹਾ ਹੋਇਆ ਹੈਵੀ ਹੁਣ ਲੱਗਦਾ ਸੀਗਾ ਅਤੇ ਪੈਸੇ ਚੱਲਦਾ ਤਾਂ ਉਹ ਵੀ ਹੈਗਾ ਉਹ ਵੀ ਜੱਚਦਾ ਚੀਜ਼ ਉਹ ਪਰ ਇਹ ਹੁਣ ਅੱਜ ਕੱਲ੍ਹ ਪਾਵਰ ਸਟੇਅਰਿੰਗ ਆਲਾ ਡਿਮਾਂਡ ਹੋਣ ਲੱਗ ਗਿਆ ਇਸ ਕਰਕੇ ਪਾਵਰ ਸਟੇਅਰਿੰਗ ਲਾਤਾ ਮੂਹਰੇ T20 ਵਾਲਾ ਉਸ ਤੋਂ ਬਾਅਦ ਬਾਈ ਇਹਦੇ ਕਰਤਾ ਇੰਜਣ ਕਰਿਆ ਆਪਾਂ ਨੇ ਐਡਵਾਂਸ DI ਉਸ ਤੋਂ ਬਾਅਦ ਬਾਈ ਡੂਅਲ ਕਲੱਚ ਕਰਤਾ ਠੀਕ ਹੈ ਉਸ ਤੋਂ ਬਾਅਦ ਬਾਈ ਉੱਚੇ ਪੈਰਦਾਨ ਕਰਤੇ ਉਸ ਤੋਂ ਬਾਅਦ ਬਾਈ ਤਿੰਨ ਤੇਲ ਬਰੇਕਾਂ ਕਰਤੀਆਂ ਠੀਕ ਹੈ ਇਹ ਤਾਂ ਹੋ ਗਿਆ ਮਕੈਨੀਕਲ ਕੰਮ ਜਿਹੜਾ ਹੋਇਆ ਇਹਦਾ ਮਕੈਨੀਕਲ ਕੰਮ ਤੋਂ ਬਾਅਦ ਬਾਈ ਜਿਹੜਾ ਇਹਦੇ ਉੱਪਰ ਕੰਮ ਹੋਏ ਨੇ ਉਹ ਸਾਰੀ ਇਹਦੀ ਸ਼ੋਅ ਚੇਂਜ ਹੋਈ ਹੈਗੀ ਕਿਉਂਕਿ ਸ਼ੋਅ ਪਹਿਲਾਂ ਵਾਲੀ ਵਰਤੀ ਨਹੀਂ ਗਈ ਹੈਗੀ ਸਾਰੀ ਖਰਾਬ ਹੋ ਚੁੱਕੀ ਸੀਗੀ ਅਤੇ ਸਾਰੀਆਂ ਅਸੈਸਰੀ ਸਾਰੀ ਨਵੀਂ ਲੱਗੀ ਹੈਗੀ ਬੈਟਰੀ ਬਾਕਸ ਤੁਸੀਂ ਦੇਖੋ ਕਿੰਨਾ ਸੋਹਣਾ ਜਿਹੜਾ ਇਹ ਨਵੇਂ ਮਾਡਲ ਵਾਲਾ ਹੈਗਾ ਬਹੁਤ ਸੋਹਣਾ ਇਹ ਬੈਟਰੀ ਬਾਕਸ ਆ 2200 ਰੁਪਏ ਦਾ ਇਹ ਬੈਟਰੀ ਬਾਕਸ ਹੈਗਾ ਅਤੇ ਹੈੱਡਲਾਈਟਸ ਇਹਦੇ ਜਿਹੜੀਆਂ ਫਾਰਮ ਟਰੈਕ ਦੀਆਂ ਓਰੀਜਨਲ ਆਉਂਦੀਆਂ ਨੇਗੀਆਂ ਉਹੀ ਲੱਗੀਆਂ ਹੋਈਆਂ ਨੇਗੀਆਂ ਇਹਦੀ ਜਿਹੜੀ ਓਰੀਜਨਲ ਹੈੱਡਲਾਈਟ ਆਉਂਦੀ ਸੀ ਉਹ 600-800 ਰੁਪਏ ਦਾ ਜੋੜਾ ਮਿਲਦਾ ਹੈਗਾ ਇਹ 2100-2200 ਰੁਪਏ ਦਾ ਮੈਂ ਹਰ ਵਾਰ ਇਹੀ ਚੀਜ਼ਾਂ ਬਹੁਤ ਵਾਰ ਡਿਟੇਲ ਦੇ ਵਿੱਚ ਦੱਸ ਚੁੱਕਿਆ ਹੈਗਾ ਪਰ ਇਹ ਐਂ ਲਾ ਲਓ ਵੀ ਜੇ 1000-2000 ਕਰਕੇ ਹਰੇਕ ਚੀਜ਼ 'ਚ ਆਪਾਂ ਫਰਕ ਪਾਉਂਦੇ ਤਾਂ ਬਹੁਤ ਵੱਡਾ ਫਰਕ ਪੈ ਜਾਂਦਾ ਹੈਗਾ ਅਤੇ ਅਲਟੀਨੇਟਰ ਸੈਲਫ ਇਹਦੇ ਨਵੇਂ ਲੱਗੇ ਨੇਗੇ ਟਾਇਰ ਮੂਹਰੇ ਪਾਏਗਾ 1016 ਟਰੈਕਟਰ ਦਾ ਖੜਾਵਾ ਹੀ ਬਹੁਤ ਜ਼ਬਰਦਸਤ ਹੈ ਵੀਰੇ ਟਾਇਰ 1016 ਪਿੱਛੇ ਪਾਇਆ 1628 1628 ਬਾਈ ਹੋਰ ਕਹਿੰਦੇ ਵੀ ਅਸੀਂ ਖੇਤੀ 'ਚ ਘੱਟ ਯੂਜ਼ ਕਰਨਾ ਇਸ ਕਰਕੇ 1628 ਅਸੀਂ ਰੈਕਮੈਂਡ ਕੀਤਾ ਨਹੀਂ ਅਸੀਂ ਜੇ ਖੇਤੀ ਯੂਜ਼ ਕਰਨਾ ਹੁੰਦਾ ਅਸੀਂ ਕਦੇ ਵੀ 1628 ਨਹੀਂ ਰੈਕਮੈਂਡ ਕਰਦੇ ਪਰ ਚੀਜ਼ ਜਿਹੜੀ ਬਣੀ ਹੈ ਨਾ ਇਹਦੇ ਵਿੱਚ ਜ਼ਬਰਦਸਤ ਹੈ ਬਾਈ ਗੱਡੀ ਵਾਂਗੂ ਚੱਲਦਾ ਟਰੈਕਟਰ ਗੱਡੀ ਵਾਂਗੂ ਅਤੇ ਉੱਪਰ ਮਿਊਜ਼ਿਕ ਸਿਸਟਮ ਹੈਵੀ ਲਾਇਆਗਾ ਅਤੇ ਫਾਈਬਰ ਹੁੱਡ ਪੱਖਾ ਬਾਰ ਲਾਈਟ ਸੀਟ ਹੈਵੀ ਲੱਗੀ ਹੈਗੀ ਆਹ ਮਿਊਜ਼ਿਕ ਸਿਸਟਮ ਦਾ ਬੋਕਸ ਹੈਗਾ ਜਿਹੜੀ ਜਿਹਦੇ ਵਿੱਚ ਡੈੱਕ ਕਹਿ ਦਿੰਦੇ ਆਪਾਂ ਡੈੱਕ ਹੈਗਾ ਕਲਾਸਿਕ ਵਾਲੇ ਮੱਡ ਗਾਰਡ ਲੱਗੇ ਨੇ ਚਾਰੇ ਰਿਮ ਇਹਦੇ ਬਾਈ ਕਲਾਸ ਨਵੇਂ ਪਏ ਨੇਗੇ ਚਾਰੇ ਰਿਮ ਬ੍ਰੈਂਡ ਨਿਊ ਪਏ ਨੇਗੇ ਅਤੇ ਉਸ ਤੋਂ ਬਾਅਦ ਜਿਹੜਾ ਇਹਦਾ ਅੰਦਰੋਂ ਕੰਮ ਹੋਇਆ ਉਹ ਮੇਨ ਤਾਂ ਤੇਲ ਬ੍ਰੇਕਾਂ ਵਾਲਾ ਹੀ ਮੇਨ ਹੈਗਾ ਆਇਲ ਬ੍ਰੇਕ ਕਰਨ ਤੋਂ ਬਾਅਦ ਬਾਈ ਇਕੱਲਾ ਇਕੱਲਾ ਪਾਰਟ ਜਿਵੇਂ ਪੁਰਾਣਾ ਆਇਲ ਬ੍ਰੇਕ ਟਿਊਬਾਂ ਪੁਰਾਣੀਆਂ ਮਿਲ ਜਾਂਦੀਆਂ ਨੇਗੀਆਂ ਹਿੱਸਾ ਪਿਛਲਾ ਪੁਰਾਣਾ ਮਿਲ ਜਾਂਦਾ ਪਰ ਉਸ ਤੋਂ ਬਾਅਦ ਇਹਨੂੰ ਸਾਰੇ ਨੂੰ ਰਿਪੇਅਰ ਕਰਕੇ ਲਾਉਣਾ ਪੈਂਦਾ ਹੈਗਾ ਫਿਰ ਜਾ ਕੇ ਗੱਲ ਬਣਦੀ ਹੈਗੀ ਚੀਜ਼ ਦੀ ਆਹ ਲਾਈਟ ਹੈ ਜਿਹੜੀ ਇਹ ਲਾਈਟ ਹੈਗੀ ਸਸਤੀ ਹੈਗੀ ਇਹ 500-600 ਰੁਪਏ ਦੀ ਲਾਈਟ ਹੋਊਗੀ ਹੈ ਨਾ ਪਰ ਇਹ ਕੰਮ ਇਹ ਐਂ ਲਾ ਲਓ ਬਹੁਤ ਤਕੜਾ ਕਰਦੀ ਹੈਗੀ
ਬਹੁਤ ਤਕੜਾ ਕੰਮ ਕਰਦੀ ਹੈਗੀ ਇਹ ਖੇਤ 'ਚ ਵਧੀਆ ਅੱਗੇ ਬੈਕ ਸਾਈਡ ਇਹਦੀ ਵਰਤੋਂ ਵਧੀਆ ਇਸ ਕਰਕੇ ਅਸੀਂ ਇਹ ਲਿਟ ਲਾਉਣੀ ਹੈ ਕੁੱਲ ਮਿਲਾ ਕੇ ਬਾਈ ਐਂ ਲਾ ਲਓ ਵੀ ਟਰੈਕਟਰ ਬਹੁਤ ਜ਼ਬਰਦਸਤ ਤਿਆਰ ਹੋਏਗਾ ਟਰੈਕਟਰਾਂ ਦੀ ਬਾਈ ਇਹਨਾਂ ਦੀ ਲਿਮਿਟ ਹੁੰਦੀ ਹੈ ਇੱਕ ਹੈ ਨਾ ਵੀ ਆਪਾਂ ਓਰੀਜਨਲ ਟਰੈਕਟਰ ਤਿਆਰ ਕਰਾਉਣਾ ਹੈਗਾ ਸਾਢੇ 3 ਲੱਖ ਤੋਂ ਲੈ ਕੇ 3.5 ਲੱਖ ਤੋਂ ਲੈ ਕੇ ਤੁਸੀਂ 8 ਲੱਖ 8.5 ਲੱਖ ਤੱਕ ਟੋਪ ਠੀਕ ਹੈ ਜਿੱਦਾਂ ਜਿਹੋ ਜਿਹਾ ਮਰਜ਼ੀ ਟਰੈਕਟਰ ਤਿਆਰ ਕਰਵਾ ਸਕਦੇ ਹੋ ਉਹ ਤੁਹਾਡੇ 'ਤੇ ਆ ਵੀ ਤੁਸੀਂ ਕਿੰਨੇ ਕੁ ਪੈਸਾ ਖਰਚਣਾ ਚਾਹੁੰਦੇ ਹੋ ਪਰ ਮੇਰੇ ਹਿਸਾਬ ਨਾਲ 3.5 ਵਾਲਾ ਵੀ ਬੈਸਟ ਹੈ 4.5 'ਚ ਵੀ ਹੋ ਜਾਂਦਾ 5.5 'ਚ ਵੀ ਹੋ ਜਾਂਦਾ 6.5 'ਚ ਵੀ ਹੋ ਜਾਂਦਾ ਉਹ ਅਲੱਗ ਅਲੱਗ ਚੀਜ਼ਾਂ ਨੇ ਬਾਈ ਜਿਹੋ ਜਿਹਾ ਆਪਾਂ ਜਿੰਨਾ ਮਿੱਠਾ ਪਾਈ ਜਾਵਾਂਗੇ ਜਿੰਨਾ ਗੁੜ ਪਾਈ ਜਾਵਾਂਗੇ ਉਨਾ ਹੀ ਮਿੱਠਾ ਹੋਈ ਜਾਊਗਾ ਨਾ ਉਹ ਚੀਜ਼ ਹੈ ਇਹ ਟਰੈਕਟਰ ਦੀ ਕੁੱਲ ਮਿਲਾ ਕੇ ਬਾਈ ਸਾਰੀ ਅਸੈਸਰੀ ਨਵੀਂ ਲੱਗੀ ਉਸ ਤੋਂ ਬਾਅਦ ਮੀਟਰ ਨਵੇਂ ਲੱਗੇ ਨੇ ਮੀਟਰ ਅਸੀਂ ਓਰੀਜਨਲ ਰੱਖਦੇ ਹਾਂ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਵੀ ਅਸੀਂ ਜਿਹੜਾ ਇਲੈਕਟ੍ਰੋਨਿਕ ਪਹਿਲਾਂ ਅਸੀਂ ਬਹੁਤ ਲਾਏ ਨੇਗੇ ਉਹ ਜ਼ਿਆਦਾ ਜੇ ਉਹਦਾ ਮੈਨੂੰ ਜ਼ਿਆਦਾ ਉਹਦਾ ਉਹ ਨਹੀਂ ਲੱਗਿਆ ਵਰਕਿੰਗ ਨਹੀਂ ਲੱਗੀ ਸਹੀ ਕਿਉਂਕਿ ਉਹਦਾ ਇੱਕ ਤਾਂ ਅਲਟੀਨੇਟਰ ਦੇ ਚੱਕਰ ਅਲਟੀਨੇਟਰ ਤੋਂ ਹੁੰਦੇ ਨੇ ਉਹਦੇ ਜਿਹੜੇ ਚੱਕਰ ਨੇ ਅਲਟੀਨੇਟਰ ਦੱਸਦਾ ਹੈਗਾ ਇਹ ਸਿੱਧਾ ਇੰਜਨ ਤੋਂ ਹੁੰਦਾ ਅਤੇ ਓਰੀਜਨਲ ਚੀਜ਼ ਥੋੜ੍ਹੀ ਜਿਹੀ ਓਰੀਜਨਲ ਥੋੜ੍ਹਾ ਜਿਹਾ ਤਾਂ ਫੋਰਡ ਵਾਲਾ ਟੱਚ ਛੱਡ ਦਈਏ ਇਸ ਕਰਕੇ ਮੀਟਰ ਅਸੀਂ ਇਹੀ ਰੱਖਦੇ ਹਾਂਗੇ ਬਾਕੀ ਇਹਦੇ ਲੱਗੀ ਹੈਗੀ ਡੰਡੀ ਇਹਦੀ ਇੰਡੀਕੇਟਰ ਵਾਲੀ ਆ ਨਿਊ ਹੋਲੈਂਡ ਵਾਲੀ ਲਓ ਜੀ ਹੁਣ ਟਰੈਕਟਰ ਲੱਗਿਆ ਕੱਢਣ ਬਾਹਰ ਅਤੇ ਦੇਖ ਕਿਹੋ ਜਿਹਾ ਲੱਗਦਾ ਹੈ ਤੁਹਾਡੇ ਸਾਹਮਣੇ ਪੇਂਟ ਕੁਆਲਿਟੀ ਤੁਸੀਂ ਖੁਦ ਤੁਸੀਂ ਆਪਣੇ ਆਪ ਜੱਜ ਕਰ ਸਕਦੇ ਹੋ ਇਸ ਚੀਜ਼ ਨੂੰ ਅਤੇ ਕੋਈ ਵੀ ਟਰੈਕਟਰ ਸਾਡੇ ਤੋਂ ਤਿਆਰ ਕਰਵਾਉਣਾ ਚਾਹੁੰਦੇ ਹੋ ਬਾਈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ ਸਾਡੇ ਨੰਬਰ ਸਕਰੀਨ ਦੇ ਉੱਤੇ ਆ ਰਹੇ ਨੇਗੇ ਕੁੱਲ ਮਿਲਾ ਕੇ ਬਾਈ ਅਸੀਂ ਛੋਟੀ ਛੋਟੀ ਡਿਟੇਲ ਫੋਰ 3600 ਨੂੰ ਕਾਫੀ ਟਾਈਮ ਹੋ ਗਿਆ ਸਾਨੂੰ ਤਿਆਰ ਕਰਦੇ ਹਾਂ ਛੋਟੀ ਛੋਟੀ ਡਿਟੇਲ ਵੱਲ ਧਿਆਨ ਦੇਣ ਦੀ ਕੋਸ਼ਿਸ਼ ਕਰਦੇ ਪਰ ਫਿਰ ਵੀ ਛੋਟੀਆਂ ਛੋਟੀਆਂ ਚੀਜ਼ਾਂ ਥੋੜ੍ਹੀਆਂ ਬਹੁਤੀਆਂ ਰਹਿ ਜਾਂਦੀਆਂ ਨੇਗੀਆਂ ਕਿਉਂਕਿ ਬਹੁਤ ਸਾਰੇ ਪਾਰਟਸ ਲੱਗਦੇ ਨੇ ਇਹਦੇ ਉੱਤੇ ਪਰ ਆਪਣੇ ਵੱਲੋਂ ਅਸੀਂ ਆਪਣਾ ਟਰੈਕਟਰ ਸਮਝ ਕੇ ਰੀਚ ਲਾਉਂਦੇ ਜਿੰਨੀ ਲਾਉਂਦੇ ਹੈਗੇ ਉਹਦੇ ਕਰਕੇ ਸ਼ਾਇਦ ਜਿਹੜਾ ਜੇ ਅਸੀਂ ਆਪਦਾ ਸਮਝ ਕੇ ਕਰਦੇ ਹਾਂਗੇ ਤਾਂ ਲੁੱਕ ਵੀ ਫਿਰ ਉਹੀ ਜਿਹੀ ਵਧੀਆ ਬਣ ਜਾਂਦੀ ਹੈਗੀ ਬਾਹਲਾ ਓਵਰ ਕਰਨ ਦੀ ਹਮੇਸ਼ਾ ਸਾਡੀ ਰਹਿੰਦੀ ਵੀ ਓਵਰ ਨਾ ਕਰ ਦਈਏ ਠੀਕ ਹੈ ਕਿਉਂਕਿ ਚੀਪ ਚੀਜ਼ਾਂ ਲਾ ਕੇ ਆਪਾਂ ਲਾਈਟਾਂ ਲਾ ਕੇ ਕੁਛ ਹੋਰ ਲਾ ਕੇ ਨਾ ਛੋਟੀ ਛੋਟੀ ਚੀਜ਼ਾਂ ਲਾ ਕੇ ਅਸੀਂ ਓਵਰ ਕਰ ਦਈਏ ਫਿਰ ਉਹ ਚੀਜ਼ ਜਿਹੜੀ ਅਸਲ ਟਰੈਕਟਰ ਦੀ ਲੁੱਕ ਹੈਗੀ ਉਹ ਖਤਮ ਹੋ ਜਾਂਦੀ ਹੈਗੀ ਜੋ ਇਹਦੀ ਪਹਿਚਾਣ ਹੈ ਉਹ ਖਤਮ ਹੋ ਜਾਂਦੀ ਫਿਰ ਦੂਜੀਆਂ ਛੋਟੀ ਛੋਟੀ ਚੀਜ਼ਾਂ ਹੀ 500,000 ਵਾਲੀਆਂ ਲਾਈਟਾਂ ਹੀ ਉਹੀ ਦਿਖੀ ਜਾਂਦੀਆਂ ਨੇ ਇਸ ਕਰਕੇ ਅਸੀਂ ਜ਼ਿਆਦਾ ਓਵਰ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਅਸੀਂ ਚੀਜ਼ ਨੂੰ ਜਿਹੜੀ ਚੀਜ਼ ਆ ਉਹੀ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰਦੇ ਬਾਕੀ ਗਾਹਕ ਦੇ ਉੱਤੇ ਹੁੰਦਾ ਯਾਰ ਜੇ ਗਾਹਕ ਸਾਨੂੰ ਕਹਿੰਦਾ ਵੀ ਇਹ ਬਣਾ ਦਿਉ ਉਹ ਲਾ ਦਿਉ ਉਹ ਲਾ ਦਿਉ ਫਿਰ ਅਸੀਂ ਉਹੋ ਜਿਹਾ ਸਮਾਨ ਵੀ ਲਾ ਦਿੰਦੇ ਹਾਂਗੇ ਜਿੰਨਾ ਮਰਜ਼ੀ ਇਹਦੇ ਉੱਤੇ ਸਟੀਲ ਲਵਾ ਲਓ ਜਿੰਨਾ ਮਰਜ਼ੀ ਇਹਦੇ ਉੱਤੇ ਲਾਈਟਾਂ ਲਵਾ ਲਓ ਉਹੋ ਜਿਹਾ ਵੀ ਆਪਾਂ ਕਰ ਦਾਂਗੇ ਜਿਵੇਂ ਮੂਹਰੇ ਸੰਗਲੀਆਂ ਲੰਘਣੀਆਂ ਨੇ ਸੰਗਲੀਆਂ ਲਾ ਦਾਂਗੇ ਜਿਹਨੇ ਓਰੀਜਨਲ ਚੀਜ਼ ਬਣਾਉਣੀ ਹੈਗੀ ਜਿਹਨੇ ਜੈਨੂਅਨ ਜੀ ਚੀਜ਼ ਬਣਾਉਣੀ ਵੀ ਜੈਨੂਅਨ ਜਚੇ ਟਰੈਕਟਰ ਖੜ੍ਹਾ ਜਚੇ ਉਹ ਚੀਜ਼ ਵੀ ਅਸੀਂ ਕਰ ਸਕਦੇ ਹਾਂਗੇ ਅਤੇ ਜਿਵੇਂ ਦੇ ਵੀ ਟਰੈਕਟਰ ਤੁਸੀਂ ਸਾਡੇ ਤੋਂ ਬਣਵਾਉਣਾ ਚਾਹੁੰਦੇ ਸਾਡੇ ਤੋਂ ਬਣਵਾ ਸਕਦੇ ਹੋ ਬਾਈ ਟਰੈਕਟਰ ਮੈਂ ਦੱਸ ਹੀ ਦਿੱਤਾ ਅੰਦਾਜ਼ਾ ਜਿਹਾ 3.5 ਤੋਂ ਲੈ ਕੇ 8.5 ਤੱਕ ਟੋਪ ਜੋ ਮਰਜ਼ੀ ਕਰਵਾਈ ਚੱਲੋ ਬਾਈ ਹੈ ਨਾ ਇਹਦੇ ਵਿੱਚ ਵਿਚਾਲੇ ਸਭ ਕੁਛ ਹੋ ਜਾਂਦਾ ਹੈਗਾ ਵਿੱਚ ਵਿਚਾਲੇ ਕਿਸੇ ਨੇ ਹਾ ਕੁਛ ਕਰਾਉਣਾ ਕਿਸੇ ਨੇ ਨਹੀਂ ਕਰਾਉਣਾ ਕਿਸੇ ਨੇ ਕਲੱਚ ਡੂਅਲ ਕਰਾਉਣਾ ਨਹੀਂ ਕਰਾਉਣਾ ਕਿਸੇ ਨੇ ਸਿੰਗਲ ਰੱਖਣਾ ਹੈ ਨਾ ਕਿਸੇ ਨੇ ਨੋਰਮਲ ਇੰਜਨ ਰੱਖਣਾ ਕਿਸੇ ਨੇ ਐਡਵਾਂਸ DI ਕਰਨਾ ਹੈਗਾ ਕਿਸੇ ਨੇ ਟਾਇਰ 'ਚ ਨੋਰਮਲ ਪਾਉਣੇ ਨੇਗੇ ਕਿਸੇ ਨੇ ਮਿਊਜ਼ਿਕ ਸਿਸਟਮ ਲਾਉਣਾ ਕਿਸੇ ਨੇ ਨਹੀਂ ਲਾਉਣਾ ਬੰਪਰ ਲਾਉਣਾ ਨਹੀਂ ਲਾਉਣਾ ਵੇਟ ਲਾਉਣਾ ਅਰੇ ਹਰੇਕ ਦੀਆਂ ਅਲੱਗ ਅਲੱਗ ਚੀਜ਼ਾਂ ਨੇਗੀਆਂ ਹਰ ਅਲੱਗ ਅਲੱਗ ਡਿਮਾਂਡਾਂ ਨੇ ਉਸ ਡਿਮਾਂਡ ਨਾਲ ਬਾਈ ਇੱਕ ਕਾਲ ਕਰਕੇ ਤੁਸੀਂ ਵਟਸਐਪ 'ਤੇ ਮੈਨੂੰ ਕਾਲ ਕਰੋ ਠੀਕ ਹੈ ਆਪਣਾ ਇੱਕ ਬਜਟ ਸੈੱਟ ਕਰਕੇ ਉਸ ਹਿਸਾਬ ਨਾਲ ਆਪਾਂ ਇਸ ਚੀਜ਼ ਨੂੰ ਅੱਗੇ ਤਿਆਰ ਕਰ ਸਕਦੇ ਹਾਂ
ਚੜ ਗਿਆ ਟਰੈਕਟਰ ਉੱਪਰ ਤੇ ਬਸ ਘੈਂਟ ਲੱਗਦਾ ਤੇ ਲਓ ਜੀ ਟਰੈਕਟਰ ਆਪਾਂ ਤੋਰਨ ਲੱਗਿਆ ਉਦੋਂ ਤੇ ਟਰੈਕਟਰ ਜਾ ਰਿਹਾ ਬਾਈ ਸੰਗਰੂਰ ਭਵਾਨੀਗੜ੍ਹ ਪਟਿਆਲਾ ਰਾਜਪੁਰਾ ਬਨੂੜ ਹੁੰਦਾ ਹੋਇਆ ਖਰੜ ਦੇ ਕੋਲ ਇੱਕ ਪਿੰਡ ਹੈਗਾ ਤੇ ਉੱਥੇ ਟਰੈਕਟਰ ਜਾ ਰਿਹਾ ਤੇ ਦੱਸ ਦਿਆਂ ਤੁਹਾਨੂੰ ਰਸਤੇ ਦੇ ਵਿੱਚ ਦਿਖਾਉਣੇ ਵਿਊ ਰਸਤੇ ਦੇ ਵਿੱਚ ਦਿਖਾਉਣੇ ਲੋਕਾਂ ਦੇ ਰਿਐਕਸ਼ਨ ਤੁਹਾਡੇ ਰਿਐਕਸ਼ਨ ਬਾਈ ਮੈਂ ਕਮੈਂਟਾਂ 'ਚ ਦੇਖ ਸਕਦਾ ਕਮੈਂਟ ਕਰ ਦਿਓ लो भी चलिया ट्रैक्टर नवा अपने नवे सफर से चलो जी चल पाया फोड़ बई सफर से अपने तो आप भी नाल जा रहे बई उन्होंने लांबा सी दो बार बई हूँ मिलना आए उरे तो मैं उरे नहीं मिले क्योंकि मैं जॉब से हूँ ज़्यादातर बिजी हूँ तो अच्छ उन्हों का लांबा लाने वास्ते मैं भी चलिया ट्रैक्टर छड़ के आवेंगे चली आप ओके गड्डी बई वो फल पेंट ही जाऊगा बहुत जल्दी पहुँच जाऊ नवा ड्राइवर गड्डी का हौली हौली लग जा ਹਾਰ ਬਾਈ ਵਧੀਆ ਚੱਲਦੀ ਹੈ ਆਪਣੀ ਇਹਦਾ ਸ਼ਾਇਦ ਮੈਂ ਰਿਵਿਊ ਤੁਹਾਨੂੰ ਦੇਵਾਂ ਹਨਾ ਵੀ ਕਿਵੇਂ ਕੀ ਪਰਫੋਰਮ ਕਰ ਰਹੀ ਹੈਗੀ ਗੱਡੀ ਬਹੁਤ ਸੋਹਣੀ ਹੈ 4x2 ਹੈ ਪਰ ਸਿਰ ਵਾਲਾ ਹੈ ਪਹਿਲਾਂ 4x4 ਵੀ ਆਪਾਂ ਚਲਾ ਰਹੇ ਹਾਂ ਹੁਣ 4x2 ਹੈ ਇਹ ਵਾਲੀ ਪਰ ਬਹੁਤ ਘੈਂਟ ਚੀਜ਼ ਆ ਪਿਕਅਪ ਤਾਂ ਬਾਈ ਸਿਰੇ ਹੀ ਹੈ ਵੀ ਫੀਲ ਨਹੀਂ ਹੁੰਦਾ ਵੀ ਆਪਾਂ ਕੋਈ ਫਰਕ ਹੈ ਦੋਨਾਂ ਦੇ ਇੰਜਨਾਂ 'ਚ ਫੀਲ ਨਹੀਂ ਹੁੰਦਾ ਆਮ ਡੇਲੀ ਰੂਟੀਨ ਦੇ ਵਿੱਚ ਚਲਾਈ ਦੇ ਵਿੱਚ ਆਫ ਰੋਡਿੰਗ ਆਪਾਂ ਨੇ ਕਰਨੀ ਨਹੀਂ ਇਹਦੇ ਨਾਲ ਜੇ ਕਰਨੀ ਪੈਗੀ ਦੂਜੀ ਚੱਕ ਲਾਂਗੇ ਅਤੇ ਟਰੈਕਟਰ ਹੈਗੇ ਨੇ ਆਫ ਰੋਡਿੰਗ ਕਰਨ ਨੂੰ ਆਪਾਂ ਨੂੰ ਆਪਣੇ ਕੋਲ ਬਥੇਰੇ ਅਤੇ ਬਾਈ ਟਰੈਕਟਰ ਜਾ ਰਿਹਾ ਘੈਂਟ ਚੀਜ਼ ਹੋਈ ਆ ਪੂਰੀ ਤਿਆਰੀ ਵੀ ਅਤੇ ਉਮੀਦ ਕਰਦੇ ਹਾਂ ਵਧੀਆ ਚੱਲੇ ਅਤੇ ਜਿਹੜੇ ਹਿਸਾਬ ਨਾਲ ਅਸੀਂ ਤਿਆਰ ਕੀਤਾ ਵੀ ਉਸ ਹਿਸਾਬ ਨਾਲ ਵਧੀਆ ਪਰਫੋਰਮ ਵੀ ਕਰੇ ਸਾਡੀ ਤਾਂ ਇਹੀ ਉਮੀਦ ਹੁੰਦੀ ਹੈ ਬਾਕੀ ਜੇ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਬੈਠੇ ਹਾਂ ਬਾਈ ਮੇਰਾ ਕੀ ਪ੍ਰੋਗਰਾਮ ਸੀਗਾ ਵੀ ਮੈਂ ਜਾਊਂਗਾ ਮੋਹਾਲੀ ਅਤੇ ਮੋਹਾਲੀ ਅੱਜ ਢਿੱਲੋ ਵੀਰਾ ਆਪਣਾ ਵੱਡਾ ਭਰਾ ਹੈਗਾ ਨਾ ਅਤੇ ਵੀਰੇ ਕੋਲ ਨਾਲ ਤਾਂ ਗੱਡੀ ਦਾ ਡੱਬਾ ਦੇ ਆਵਾਂਗੇ ਨਾਲੇ ਬਾਈ ਨੂੰ ਮਿਲ ਆਵਾਂਗੇ ਪਰ ਢਿੱਲੋ ਵੀਰ ਦੀ ਕਾਲ ਆਈ ਕਹਿੰਦਾ ਮੈਂ ਸੰਗਰੂਰ ਆ ਰਹੇ ਮੈਂ ਕਿਹਾ ਬਾਈ ਮੈਂ ਰਾਹ 'ਚ ਹੀ ਹੈਗਾ ਅਤੇ ਰਾਹ 'ਚ ਮੈਂ ਰੁਕ ਜਾਂਦਾ ਤੁਸੀਂ ਆ ਜਾਓ ਆਪਾਂ ਟਰੈਕਟਰ ਵੀ ਤੁਹਾਨੂੰ ਦਿਖਾ ਦਿੰਦੇ ਹਾਂ ਅਤੇ ਮੈਨੂੰ ਲੱਗਦਾ ਉੱਧਰੋਂ ਢਿੱਲੋ ਵੀਰਾ ਵੀ ਉਹ ਸਾਹਮਣੇ ਗੱਡੀ ਹਾਲੇ ਉਹਦੀ ਵੀਰੇ ਦੀ ਰੁਕੀ ਹੈ ਇੱਧਰੋਂ ਪਿੱਛੇ ਆ ਕੇ ਮੈਂ ਰੁਕਿਆ ਹੈਗਾ ਇਕੱਠੇ ਹੋ ਗਏ ਬਾਈ ਨੂੰ ਮਿਲਦੇ ਜਿਹੜੀ ਚੀਜ਼ ਪਸੰਦ ਆ ਗਈ ਤੁਹਾਡੇ ਨਾਲ ਬੈਠ ਕੇ ਉਹੀ ਅਲਾਏ ਦੇ ਵਿੱਚ ਟਾਇਰ ਤੁਹਾਡੇ ਨਾਲ ਦਾ ਪਵਾਤਾ ਜਿਹੜਾ ਆਪਣੇ ਵਾਲੇ ਤੇ ਪਿਆ ਹੋਇਆ ਸੀਗਾ ਨਹੀਂ ਦੇਖਿਆ ਬਾਈ ਨੇ ਪਹਿਲਾਂ ਗੱਡੀ ਦੇਖੀ ਠੀਕ ਹੈ ਲਾ ਕੇ ਰਾਹ ਚਲਾ ਕੇ ਦੇਖੋ ਫਰਕ ਕਿਹੜਾ ਲਾਇਆ ਉੱਪਰ ਤੁਸੀਂ ਆਹ ਲੈ ਜਾਓ ਬਾਈ ਨੂੰ ਬਹੁਤ ਖੁਸ਼ ਹੁੰਦਾ ਜਦੋਂ ਹੈ ਨਾ ਆਪਾਂ ਕੁਛ ਵੀ ਕਰ ਦੇਵਾਂਗੇ
ਅਸੀਂ ਵੀ ਹੁਣ ਤਾਂ ਚੱਲ ਭਾਈਆਂ ਵਾਲੀ ਗੱਲ ਹੈ ਮੇਰੇ ਨਾਲ ਤਾਂ ਯਾਰ ਘਰ ਵਾਲੀ ਗੱਲ ਹੈਗੀ ਜਮਾਂ ਕਈ ਬੰਦੇ ਹੁੰਦੇ ਨਾ ਜਿਹਨਾਂ ਨਾਲ ਫੈਮਿਲੀ ਰਿਲੇਸ਼ਨ ਬਣ ਜਾਂਦੇ ਨੇਗੇ ਟਰੈਕਟਰ ਤਾਂ ਚਲੋ ਵੱਖਰੇ ਰਹਿ ਗਏ ਜੇ ਆਪਾਂ ਤਿਆਰ ਕਰਦੇ ਹਾਂ ਕਿਵੇਂ ਲੱਗੀ ਭਾਈ ਚਲਾਈ 'ਚ ਮੈਨੂੰ ਪਿਕਅਪ 'ਚ ਵੀ ਫਰਕ ਨਹੀਂ ਲੱਗਿਆ ਲੱਗ ਰਹੀ ਮੈਨੂੰ ਪਿਕਅਪ 'ਚ ਵੀ ਫਰਕ ਨਹੀਂ ਲੱਗਿਆ 4x4 ਨਾਲ ਅੱਛੀ ਲੱਗ ਰਹੀ ਥੋੜ੍ਹੀ ਹਲਕੀ ਜਿਹੀ ਲੱਗ ਰਹੀ ਹਲਕੀ ਹਾਂ ਨਾਲੇ ਲਾਈਟ ਹੈ ਚਾਹੀਦੀ ਚਲਾਈ ਵੀ ਬਹੁਤ ਸੋਹਣੀ ਹੈ ਵੀਰੇ ਟਾਇਰ ਵੀ ਬਹੁਤ ਸੋਹਣੇ ਪਾ ਦਿੱਤੇ ਚਲੋ ਕਿੱਧਰ ਚੱਲੇ ਸੀਗੇ ਅਸੀਂ ਚੱਲੇ ਜ਼ਮੀਨ 'ਚ ਕਿਸੇ 'ਚ ਚਲੋ ਆਹ ਟਰੈਕਟਰ ਦੇਖੋ ਇਹ ਰਡਿਆਲੇ ਪਿੰਡ ਜਾ ਰਿਹਾ ਬਾਈ हां वो सेम वो चीज ही है बस पूरे ਦੇ weight ਸੀ ਆਪਣੇ ਨਾਲ ਦੇ ਬੰਪਰ ਮੈਨੂੰ ਬਹੁਤ ਸਾਰੀਆਂ ਕਾਲਾਂ ਆ ਰਹੀਆਂ ਨੇ ਬਾਈ ਹਨਾ ਜਿਹੜੇ ਰਾਤ 'ਚ ਮਿਲਣਾ ਚਾਹੁੰਦੇ ਨੇਗੇ ਪਰ ਐਂ ਲਾ ਲਓ ਵੀ ਪੋਸੀਬਲ ਨਹੀਂ ਹੈਗਾ ਕਿਉਂਕਿ ਟਾਈਮਿੰਗ ਨਹੀਂ ਸੈੱਟ ਆਉਂਦੀ ਮੈਂ ਵੇਟ ਨਹੀਂ ਕਰ ਸਕਦਾ ਹਨਾ ਓਕੇ ਵੀਰੇ ਠੀਕ ਹੈ 0093 ਹੋਰ 2065 2020093 ਤੇ ਚਲੋ ਬਾਈ ਚੱਲੀਏ ਆਪਾਂ ਅੱਗੇ ਚੱਲੀਏ ਢਿੱਲੋ ਵੀਰੇ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਬਾਈ ਨੇ ਗੱਡੀ ਦੇਖ ਕੇ ਬਹੁਤ ਖੁਸ਼ ਹੋਇਆ ਵੀਰੇ ਠੀਕ ਹੈ ਤੇ ਬਾਈ ਖਰੜ ਪਹੁੰਚ ਚੁੱਕੇ ਹੈਗੇ ਤੇ ਖਰੜ ਆਪਣੇ ਉਰੇ ਭਰਾ ਮਿਲੇ ਨੇਗੇ ਮੁੰਡੇ ਦਾ ਨਾਮ ਹੈ ਅਮਨਦੀਪ ਸਿੰਘ ਤੇ ਪਹਿਲਾਂ ਸੰਗਰੂਰ ਵੀ ਆਏ ਸੀ ਕਦੋਂ ਆਏ ਸੀ ਬਾਈ ਮਈ 'ਚ ਆਏ ਸੀਗੇ ਪਿਛਲੇ ਸਾਲ ਅੱਛਾ ਮਈ 'ਚ ਪਿਛਲੇ ਸਾਲ ਆਏ ਹੁਣ ਰਡਿਆਲਾ ਕਿੰਨੀ ਕੁ ਦੂਰ ਹੈ ਵੀਡੀਓ ਬਣਾ ਕੇ ਲੈ ਕੇ ਆਇਆ ਅੱਛਾ ਜਦੋਂ ਘਰੇ ਆਏ ਸੀ 14 ਮਈ 2022 ਨੂੰ ਅੱਛਾ ਅੱਛਾ 9:44 ਤੁਸੀਂ ਉਸ ਟਾਈਮ ਜਿੰਮ ਗਏ ਹੋਏ ਤੇ ਅੱਛਾ ਰਾਤ ਨੂੰ ਆਏ ਹੋਗੇ ਰਾਤ ਨੂੰ ਆਏ ਸੀ ਅੱਛਾ ਠੀਕ ਹੈ ਠੀਕ ਹੈ ਮੈਂ ਕਾਲ ਵੀ ਕੀਤੀ ਸੀ ਉਸ ਟਾਈਮ ਸਾਨੂੰ ਅਸੀਂ ਚੱਕੀ ਨਹੀਂ ਦੀ ਫਿਰ ਅਸੀਂ ਸਿੱਧਾ ਘਰੇ ਚਲੇ ਗਏ ਮੈਨੂੰ ਫਿਰ ਪਤਾ ਨਹੀਂ ਲੱਗਦਾ ਘਰੇ ਚੱਲ ਵਧੀਆ ਘਰ ਦਾ ਪਤਾ ਹੀ ਹੈ ਤੁਹਾਨੂੰ ਬਸ ਅਸੀਂ ਪਿੰਡ ਮਾ ਪੁੱਛ ਕੇ ਗਏ ਪੂਰੇ ਕਿੱਥੇ ਆ ਰਹੇ ਤੁਹਾਡੀ ਪੂਰੇ ਯਾਰ ਪਿੱਛੇ ਹੀ ਆ ਰੋਡ ਤੇ ਉਧਰ ਜਾਮ ਹੁੰਦਾ ਮੈਂ ਕਿਹਾ ਚ ਲੱਗੇ ਆ ਕੇ ਰੋਕਦੇ ਨਾ ਨਾ ਵਧੀਆ ਅੱਗੇ ਰਡਿਆਲਾ ਕਿੰਨੀ ਕੁ ਦੂਰ ਹੈ ਬਸ ਥੋੜਾ ਹੀ 2 ਕਿਲੋਮੀਟਰ ਹੈ ਅੱਛਾ ਨਹੀਂ ਚੜ੍ਹ ਮੈਂ ਪੋਕੇ ਥੱਲੇ ਇੱਧਰਲੀ ਸਾਈਡ ਜਾਓ ਮਿਲੇ ਨੇ ਤੇ ਹੁਣ ਸਰਲ ਪਹੁੰਚ ਚੁੱਕੇ ਹੈਗੇ ਟਰੈਕਟਰ ਸਹੀ ਹੈ ਸਾਰਾ ਸਹੀ ਹਾਂ ਤਰਲਾ ਮਾਰਦਾ ਸੈਲਫ ਉੱਤੇ ਨਿਊਟਰਲ ਕਰਕੇ ਮਾਰੀ ਸੈਲਫ ਗੱਡੀ ਵਾਸਤੇ ਸ਼ੈੱਡ ਬਣਾਇਆ ਵਾ ਮੈਂ ਤੁਹਾਨੂੰ ਵੀਡੀਓ ਭੇਜੀ ਹਾਂ ਠੀਕ ਹੈ ਜੋ ਵਧੀਆ ਲੱਗਦਾ ਬੰਦਾ ਤਿਆਰ ਕੀਤਾ ਹੋਇਆ ਚਲੋ ਬਾਈ ਭਰਾਵਾਂ ਨਾਲ ਮਿਲ ਲਏ ਉਹਦੇ ਤੇ ਚੱਲਦੇ ਹਾਂ ਜਲਦੀ ਜਲਦੀ ਅੱਗੇ ਤੇ ਲਓ ਬਾਈ ਚੱਲ ਪਏ ਦੁਬਾਰੇ ਮੁੰਡਿਆਂ ਨੂੰ ਮਿਲ ਕੇ ਵਧੀਆ ਲੱਗਿਆ ਅਸੀਂ ਪਿਆਰ ਬਣੇ ਰਹੇ ਸਾਰਿਆਂ ਨਾਲ ਲਓ ਜੀ ਦੇਖਦੇ ਜਾ ਰਹੇ ਨੇ ਪਿੰਡ ਦੇ ਵੀ ਆਹ ਕੀ ਆ ਗਿਆ ਸਾਡੇ ਪਿੰਡ 'ਚ ਰਡਿਆਲੇ 'ਚ ਰਡਿਆਲੇ ਆ ਗਏ ਬਾਈ ਪਹੁੰਚ ਗਏ ਵੀ ਘੈਂਟ ਆ ਬਾਈ ਕੰਮ ਪਿੰਡ ਪਹੁੰਚ ਗਏ ਬਾਈ ਦੇ ਹੋਰੀ ਅੱਗੇ ਆ ਗਏ ਇਹ ਅਮਨ ਵੀਰੇ ਦੇ ਮਿੱਤਰ ਨੇ ਜਿਨ੍ਹਾਂ ਦਾ ਟਰੈਕਟਰ ਹੈਗਾ ਕਿਆ ਬਾਤ ਹੈ ਬਾਈ ਕਿਆ ਛਾਂ ਪੁਰਾਣੀ ਸੰਭਾਲ ਰੱਖੀ ਹੈ ਇਹ ਚੀਜ਼ ਪਿੰਡ ਵਾਲਿਆਂ ਨੇ ਅਤੇ ਬਾਈ ਦਾ ਘਰ ਉੜੀ ਹੈਗਾ ਅਤੇ ਮੇਨ ਮੈਨੂੰ ਐਂ ਸੀਗਾ ਵੀ ਕਾਹਨੂੰ ਟਰੈਕਟਰ ਲਵੇੜ ਦੇਗਾ ਵੀ ਆਪਾਂ ਉਰੀ ਲਾਉਣੇ ਹੈਗੇ ਬਾਰ ਮੂਹਰੇ ਬਸ
ਕੋਈ ਨਾ ਕੋਈ ਨਾ ਤੂੰ ਤੂੰ ਮੈਂ ਪਹਿਲਾਂ ਘਰੇ ਆਇਆ ਸੀਗਾ ਹਾਂਜੀ ਹਾਂ ਉਸ ਦਿਨ ਜਿਸ ਦਿਨ ਆਏ ਹੋ ਤੁਸੀਂ ਇਹ ਨਾਲ ਸੀਗਾ ਅੱਛਾ ਫਿਰ ਉਸ ਦਿਨ ਤੈਨੂੰ ਦੇਖ ਹੀ ਲਿਆ ਚੱਲਦਾ ਚੁਲਦਾ ਵੀ ਦੇਖ ਲਿਓ ਮਾੜਾ ਮੋਟਾ ਠੀਕ ਹੈ ਕਿਵੇਂ ਲੱਗ ਰਿਹਾ ਹੁਣ ਵਧੀਆ ਲੱਗ ਰਿਹਾ ਜੀ ਬਹੁਤ 3600 ਐਨ ਕੈਂਡੀ 1982 ਮਾਡਲ ਪਹਿਲਾਂ ਵਾਲੀ ਫੋਟੋ ਤੇਰੇ ਕੋਲ ਹੈਗੀ ਹੈ ਹਾਂਜੀ ਹਾਂ ਹੈਗੀ ਹੈ ਹੈਨਾ ਮੈਂ ਸੈਂਡ ਕਰ ਦੂੰਗੀ ਤੁਹਾਨੂੰ ਹਾਂ ਮੈਨੂੰ ਸੈਂਡ ਕਰੀ ਵੈਸੇ ਵੀਡੀਓ ਹੈਗੀ ਨੇ ਕਿ ਸਾਡੇ ਕੋਲ ਹਾਂਜੀ ਹਾਂ ਤੇ ਉਹ ਵੀਡੀਓ 'ਚ ਦਿਖਾਣਾ ਹੈ ਪਹਿਲਾਂ ਆਹ ਹਾਲਤ ਸੀ ਹੁਣ ਆ ਹੋ ਗਈ ਹਾਂਜੀ ਹਾਂ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਜੀ ਉਹ ਮਾਰਕਾ ਟਰੈਕਟਰ ਦੀਆਂ ਜੀ ਨਾ ਮੇਰੀਆਂ ਘਰੇ ਪਹੁੰਚਿਆ ਗਾ ਮਾਤਾ ਜੀ ਸਤਿ ਸ਼੍ਰੀ ਅਕਾਲ ਵਧਾਈਆਂ ਜੀ ਨਵੇਂ ਟਰੈਕਟਰ ਦੀਆਂ ਸ਼੍ਰੀ ਅਕਾਲ ਜਿਨ੍ਹਾਂ ਨੇ ਮਿਹਨਤ ਕਰੀ ਹੈ ਹਾਂਜੀ ਹਾਂ ਪਹੁੰਚ ਗਿਆ ਟਰੈਕਟਰ ਅੱਜ ਘਰੇ ਅਮਨ ਵੀਰਾ ਚਲੋ ਕਹਿੰਦਾ ਮੈਂ ਹਲੇ ਰੁਕ ਕੇ ਆਊਂਗਾ ਹਾਂ ਚਲੋ ਤੁਸੀਂ ਹੈਗੇ ਹੋਗੇ ਉਰੇ ਹੈਂ ਟਰੈਕਟਰ ਰਸੀਵ ਕਰਨ ਨੂੰ ਪਹਿਲਾਂ ਮਾਤਾ ਜੀ ਆਪਣੇ ਕੋਲ ਕੋਈ ਟਰੈਕਟਰ ਹੁੰਦਾ ਸੀ ਉਰੇ ਨਹੀਂ ਇੰਡੀਆ 'ਚ ਅੱਛਾ ਪਹਿਲਾਂ ਟਰੈਕਟਰ ਆਇਆ ਘਰੇ ਪਹਿਲਾਂ ਘਰ ਆਇਆ ਇਹ ਉਰੇ ਵੀ ਪਹਿਲਾਂ ਆਇਆ ਫਿਰ ਕੈਨੇਡਾ ਵੀ ਉੱਥੇ ਵੀ ਬਾਹਰ ਵੀ ਪਹਿਲਾਂ ਅਮਰੀਕਾ ਕੈਨੇਡਾ 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 ਵੀ ਪਹਿਲਾਂ ਹੀ ਜਾਊਗਾ ਫਿਰ ਮੈਨੂੰ ਲੱਗਦਾ ਉੱਥੇ ਲੈ ਕੇ ਜਾਊਗਾ ਜੀ ਉੱਥੇ ਜਾਣਾ ਇੱਥੇ ਤੱਕ ਹੀ ਕਰਨਾ ਹੋਣਾ ਹਾਂਜੀ 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 ਚਲੋ ਲੈ ਕੇ ਆਉਣੇ ਜੀ ਅਸੀਂ ਟਰੈਕਟਰ ਅਤੇ ਲਓ ਜੀ ਟਰੈਕਟਰ ਆਪਣੇ ਕੋਲ ਹੁਣ ਬਸ ਉਤਾਰਨ ਦੀ ਤਿਆਰੀ ਹੈਗੀ ਮੇਨ ਵੀਰੇ ਦੇ ਮਿੱਤਰ ਨੇਗੇ ਬਾਈ ਨਾਮ ਦੱਸੋ ਜੀ ਆਪਣਾ ਪੂਰਾ ਜਸਵੀਰ ਸਿੰਘ ਨਾਮ ਹੈ ਜੀ ਹਾਂਜੀ ਬਾਈ ਗੁਰਪ੍ਰੀਤ ਸਿੰਘ ਸੁਰਿੰਦਰ ਸਿੰਘ ਅਤੇ ਬਾਈ ਦਾ ਟਰੈਕਟਰ ਚਲੋ ਬਾਈ ਤਾਂ ਹੈ ਨਹੀਂ ਉਹਦੇ ਪਿੰਡ ਦੀ ਹਾਜ਼ਰੀ ਤੁਸੀਂ ਲਾ ਰਹੇ ਹੋਗੇ ਅਤੇ ਕਿਵੇਂ ਲੱਗ ਰਿਹਾ ਜੀ ਟਰੈਕਟਰ ਦੇਖਣ ਨੂੰ ਚਲਾਉਂਗੇ ਤਾਂ ਤੁਸੀਂ ਬਾਅਦ ਚੋਂ ਦੱਸੋਗੇ ਸਾਨੂੰ ਨਹੀਂ ਦੇਖਣ ਦਾ ਲੁੱਕ ਬਹੁਤ ਵਧੀਆ ਹੈ ਯਾਸੀ ਤੋਂ ਵੀ ਉੱਪਰ ਹੈ ਰੰਗ ਰੂੰਗ ਕਿਵੇਂ ਲੱਗਿਆ ਬਾਈ ਬਹੁਤ ਫਿਨਿਸ਼ਿੰਗ ਹੈ ਇੱਕਦਮ ਬਹੁਤ ਜ਼ਿਆਦਾ ਹਾਂ ਸੋਚ ਤੋਂ ਵੀ ਉੱਪਰ ਹੈ ਜਿੰਨਾ ਅਸੀਂ ਸੋਚਿਆ ਤਾਂ ਉਹਦੇ ਵਧੀਆ ਬਣਕਾ ਹੈ ਅੱਛਾ ਜੀ ਬਹੁਤ ਜ਼ਿਆਦਾ ਵਧੀਆ ਹਾਂ ਜਿਹੜੀ ਤੁਸੀਂ ਪਹਿਲਾਂ ਦੀ ਆਪਾਂ ਸੋਚੀਏ ਜੇ ਹਾਲਤ ਸੋਚੀਏ ਪਹਿਲਾਂ ਵਾਲੀ ਉਸ ਹਿਸਾਬ ਨਾਲ ਤਾਂ ਬਹੁਤ ਕੁਝ ਸਾਰਾ ਟੋਟਲੀ ਚੇਂਜ ਹੋ ਗਿਆ ਭਾਜੀ ਉਹ ਤਾਂ ਸੋਚ ਨਹੀਂ ਸਕਦਾ ਵੀ ਆਹ ਟਰੈਕਟਰ ਭੇਜਿਆ ਤਾਂ ਹਾਂ ਵੀ ਆਹ ਬਣ ਕੇ ਆਇਆ ਆਹ ਬਣ ਕੇ ਆਇਆ ਲੈ ਕੇ ਵੀ ਅਸੀਂ ਆਏ ਤੇ ਆ ਵੀ ਪਹਿਲਾਂ ਵੀ ਅੱਛਾ ਜਦੋਂ ਲੈ ਕੇ ਆਏ ਸੀ ਇਹ 1982 ਮਾਡਲ ਸੀ ਹੈਨਾ ਉਦੋਂ ਦਾ ਸੀ ਆਪ ਉੱਥੇ ਇਹਨੂੰ ਛੱਡਣ ਦੇ ਉਹਦੇ ਵਿੱਚ ਨਹੀਂ ਤੇ ਤਾਂ ਹੀ ਗੱਡੀ ਪਰ ਭੇਜਿਆ ਦਾ ਅੱਛਾ ਵੀ ਚੱਲ ਛੱਡਣ ਵਾਲੀ ਹਾਲਤ ਵੀ ਨਹੀਂ ਸੀ ਛੱਡਣ ਵਾਲੀ ਹਾਲਤ ਵੀ ਨਹੀਂ ਸੀ ਉਹਦੀ ਹਾਂਜੀ ਹਾਂਜੀ ਚਲੋ ਹੁਣ ਵਧੀਆ ਲੱਗ ਰਿਹਾ ਭਾਜੀ ਤੁਸੀਂ ਸਹੀ ਸਾਡੇ ਦਾ ਸਾਡੇ ਕੋਲ ਭੇਜ ਕੇ ਹਾਂਜੀ ਜੋ ਯੂਟਿਊਬਰ ਥੋੜਾ ਅਸੀਂ ਦੇਖਿਆ ਤਾਂ ਉਹ ਤੇ ਕਿਤੇ ਵੱਧ ਕੇ ਕੰਮ ਕਰਕੇ ਦਿਓ ਤੁਸੀਂ ਚਲੋ ਧੰਨਵਾਦ ਭਾਜੀ ਇੱਕ ਹੁੰਦਾ ਨਾ ਵੀ ਆਪਾਂ ਇਕੱਲੇ ਵੀਡੀਓ 'ਚ ਹੀ ਬਸ ਕੈਮਰੇ ਦੀ ਕੁਆਲਿਟੀ ਨਾਲ ਹੀ ਵਧੀਆ ਚਮਕਾਈ ਜਾਂਦੇ ਚੀਜ਼ਾਂ ਵੀ ਕੈਮਰਾ ਵਧੀਆ ਵਰਤਦੇ ਹਾਂ ਵੀਡੀਓ ਵਧੀਆ ਬਣ ਜਾਂਦੀ ਹੈ ਵੀ ਇੱਕ ਹੁੰਦਾ ਵੀ ਤੁਸੀਂ ਅੱਖੀ ਦੇਖ ਰਹੇ ਹੋ ਚੀਜ਼ ਨੂੰ ਉਹ ਨਹੀਂ ਅਸੀਂ ਬਾਹ ਕੇ ਵੀ ਇਹਦੀ ਚੈੱਕ ਕਰ ਲਿਆ ਸਾਰਾ ਕੁਝ ਬਹੁਤ ਵਧੀਆ ਉਦੋਂ ਬਾਹ ਕੇ ਵੀ ਟੈਸਟ ਕਰਕੇ ਆਏ ਹਾਂ ਹਾਂ ਅਸੀਂ ਭਾਈ ਪਹਿਲਾਂ ਹੀ ਕਹਿ ਦਿੰਦੇ ਵੀ 16 ਦੇ ਟਾਇਰ ਨਾਲ 14 ਦੇ ਟਾਇਰ 'ਚ ਤੁਸੀਂ ਜੇ ਬਹੁੰਦੇ ਹੋਰ ਵੀ ਜ਼ਿਆਦਾ ਵਧੀਆ ਪਰਫਾਰਮ ਕਰੂਗਾ ਨਹੀਂ 16 ਦੇ ਟਾਇਰਾਂ 'ਚ ਵੀ ਜਾਣੀ 14 ਦੇ 'ਚ ਆਉਣੀ ਸੀ ਹਾਂਜੀ ਹਾਂ 16 ਦੇ ਵਿੱਚ ਵੀ ਦਬਿਆ ਬਿਲਕੁਲ 16 ਦੇ ਟਾਇਰਾਂ 'ਚ ਵੀ ਨਹੀਂ ਦਬਿਆ ਠੀਕ ਹੈ ਜੀ ਨਾਲੇ ਜਦ ਭਾਈ ਉਹਨੂੰ ਉੱਪਰ ਬੈਠਣਾ ਹੈ ਟਰੈਕਟਰ ਦੇ ਦੁੱਗੇ ਟੌਰ ਬਣ ਜਾਣੀ ਜਿਹਨੇ ਮੰਗਾਇਆ ਹੈ ਉਹ ਟਰੈਕਟਰ ਦੇ ਵੀ ਸੋਹਣਾ ਹੈ ਹਾਂਜੀ ਹਾਂ ਟਰੈਕਟਰ ਨਾਲ ਵੀ ਸੋਹਣਾ ਹੈ ਹਾਂਜੀ ਹਾਂ ਤੁਹਾਨੂੰ ਜ਼ਰੂਰ ਮਿਲਾਉਣਾ ਕਰੀ ਹਾਂ ਮੈਂ ਤਾਂ ਆਊਂਗਾ ਸਪੈਸ਼ਲ ਵੀਰੇ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਕੀ ਨਾਮ ਹੈ ਗੁਰਦੀਪ ਸਿੰਘ ਕਜ਼ਨ ਬ੍ਰਦਰ ਹੈ ਜੀ ਠੀਕ ਹੈ ਜੀ ਠੀਕ ਹੈ ਬੜਾ ਬੰਦਾ ਇਹ ਵੀ ਕੈਨੇਡਾ ਰਿਟਰਨ ਹੈ ਅੱਛਾ ਜੀ ਹਾਂ ਖੇਤੀ ਕਰਦੇ ਸਾਡਾ ਸਾਰਾ ਇੱਕੋ ਪਰਿਵਾਰ ਹੈ ਥੈਂਕ ਯੂ ਬਹੁਤ ਵਧੀਆ ਜੀ ਬਹੁਤ ਵਧੀਆ ਵਧਾਈਆਂ ਤੁਹਾਨੂੰ ਵੀਰੇ ਸਾਰਿਆਂ ਨੂੰ ਤੇ ਮੈਂ ਸੈਲਫ ਮਾਰ ਕੇ ਹੁਣ ਗੱਡੀ ਤਾਰੀ ਹੈ ਟਰੈਕਟਰ ਤੋਂ ਟਰੈਕਟਰ ਗੱਡੀ ਤੋਂ ਤਾਰੀ ਹੈ
ਲੇਜੀਏ ਜੀ ਅੰਦਰ ਆ ਜਾਓ देखो माता जी किवें लग रहा ट्रैक्टर ये पुराना 1982 मॉडल है जी देख रहे नवा बना के भेजते 1982 मॉडल है जी पहुंच गया ट्रैक्टर कटे ਇਹ ਹੁਣ 2024 ਕਹਾਂਗੇ ਆਪਾਂ ਤੇ ਵੀ ਛੱਡੋ ਹੁਣ ਤਾਂ 24 ਕਹਾਂਗੇ ਹੁਣ 2024 ਹੈ ਜੀ ਚਲੋ ਵੀ ਇਹਨੇ ਮੁੰਡਾ ਵੀ ਕਹਿੰਦਾ ਮਿਊਜ਼ਿਕ ਸਿਸਟਮ ਚਲਾ ਕੇ ਦੇਖਣਾ ਹੈਗਾ ਚਲੋ ਜੀ ਟਰੈਕਟਰ ਪਹੁੰਚ ਚੁੱਕਿਆ ਹੈਗਾ ਅਤੇ ਅਸੀਂ ਚਾਹ ਪਾਣੀ ਪੀ ਕੇ ਨਿਕਲਦੇ ਹਾਂ ਬਸ ਹੋਰ ਫਿਰ ਠੀਕ ਹੋ ਆ ਥੋੜੀ ਵੀਡੀਓ ਵੀ ਨਾਲ ਵਧਾ ਰਿਹਾ ਮੈਂ ਕਿਹਾ ਬਾਈ ਨੂੰ ਵੀਡੀਓ 'ਚ ਲੈ ਲਈਏ ਆਪਾਂ ਠੀਕ ਹੈ ਠੀਕ ਹੈ ਮੁਬਾਰਕਾਂ ਬਾਈ ਬਹੁਤ ਬਹੁਤ ਮਾਤਾ ਜੀ ਨੂੰ ਪਹੁੰਚਦਾ ਕਰਤਾ ਮਾਤਾ ਜੀ ਕੋਲ ਟਰੈਕਟਰ ਠੀਕ ਹੈ ਠੀਕ ਹੈ ਥੈਂਕ ਯੂ ਤੇਰਾ ਵਿਕਰਮ ਹਾਂ ਬਹੁਤ ਸੋਹਣਾ ਸਾਰੇ ਤੁਹਾਡੇ ਮਿੱਤਰ ਆਏ ਸੀ ਸਾਰੇ ਅੱਛਾ ਅੱਛਾ ਠੀਕ ਹੈ ਹਾਂ ਬਹੁਤ ਖੁਸ਼ ਹੋਏ ਸਾਰੇ ਦੇਖ ਕੇ ਬਾਈ ਜਾਓ ਠੀਕ ਹੈ ਹਾਂਜੀ ਹਾਂਜੀ ਹੋਰ ਲੱਡੂ ਵੰਡਤੇ ਮੈਂ ਕਿਹਾ ਬਾਈ ਨੂੰ ਵੀਡੀਓ ਚ ਦਿਖਾ ਦਾਂਗੇ ਚੱਲ ਮੈਂ ਕਿਹਾ ਬਾਈ ਆਪ ਤਾਂ ਹੈ ਨੀ ਹੈ ਹਾਂ ਜਲਦੀ ਮਿਲਦੇ ਆ ਬਾਈ ਜਲਦੀ ਮਿਲਦੇ ਆ ਖੜਾ ਜਿਵੇਂ ਤੁਸੀਂ ਲੱਗਦਾ ਵੀ ਏਜੰਸੀ ਚੋਂ ਆਇਆ ਬਰੀਕੀ ਛੋਟੀ ਛੋਟੀ ਚੀਜ਼ ਤੇ ਧਿਆਨ ਦਿੱਤਾ ਪਰ ਫਿਰ ਵੀ ਜੇ ਕੋਈ ਰਹਿ ਗਈ ਹੋਵੇ ਤਾਂ ਜਦੋਂ ਮਰਜ਼ੀ ਤੁਸੀਂ ਸਾਨੂੰ ਫੋਨ ਮਾਰਿਓ ਅਸੀਂ ਕਰਕੇ ਜਾਵਾਂਗੇ ਜੇ ਕੋਈ ਘਾੜ ਕਿਤੇ ਰਹਿ ਗਈ ਹੋਵੇ ਜੇ ਹੋਈ ਤਾਂ ਦੱਸਿਓ ਜ਼ਰੂਰ ਅਸੀਂ ਆ ਨਾਲ ਦੀ ਨਾਲ ਮੁੰਡੇ ਭੇਜ ਦਾਂਗੇ ਆਪ ਆ ਜਾਵਾਂਗੇ ਹਾਂ ਕਿਉਂਕਿ ਅਸੀਂ ਆਪਦਾ ਸਮਝ ਕੇ ਤਿਆਰ ਕੀਤਾ ਬਾਈ ਹਾਂ ਆਪਦਾ ਸਮਝ ਕੇ ਜਿਵੇਂ ਵੀ ਮੈਂ ਆਪਦੇ ਵਾਸਤੇ ਜਿਹੜੀ ਚੀਜ਼ ਮੈਨੂੰ ਲੱਗਦਾ ਵੀ ਆਹ ਚੀਜ਼ ਹੋਣੀ ਚਾਹੀਦੀ ਹੈ ਹਾਂਜੀ ਹਾਂ ਤੇ ਬਾਈ ਮੁੰਡੇ ਮਾਸਟਰ ਜੀ ਨੂੰ ਸਤਿ ਸ੍ਰੀ ਅਕਾਲ ਬੁਲਾ ਦੋ ਕਮੈਂਟ ਕਹਿ ਦਾਂਗੇ ਕਮੈਂਟ ਕਰ ਦੋ ਮੁੰਡੇ ਮਾਸਟਰ ਅਸੀਂ ਆਸਟ੍ਰੇਲੀਆ ਰਹਿੰਦੇ ਹਾਂ ਅੱਛਾ ਜੀ ਯਕੀਨ ਯਕੂਨ ਜਿਹਾ ਸਾਡੇ ਤੇ ਕਿਵੇਂ ਬਣਿਆ ਵੀ ਹਾਂ ਇਹਨਾਂ ਤੋਂ ਤਿਆਰ ਕਰਾਉਣਾ ਬਾਈ ਦਾ ਯਕੀਨ ਬਾਈ ਜੀ ਦਾ ਬਣਿਆ ਕੈਨੇਡਾ ਤੋਂ ਹਾਂਜੀ ਜਿਹੜਾ ਯੂਟਿਊਬ ਚੈਨਲ ਚੱਲਦਾ ਉਹਦੇ ਪਰ ਥੋੜਾ ਦੇਖ ਕੇ ਉਹਨਾਂ ਨੇ ਮੈਨੂੰ ਕਿਹਾ ਹਾਂਜੀ ਅਸੀਂ ਪੁਰਾਣਾ ਟਰੈਕਟਰ ਭੇਜਿਆ ਜੀ ਇਹਦੀ ਕੰਡੀਸ਼ਨ ਬਹੁਤ ਖਰਾਬ ਸੀ ਹਾਂਜੀ ਫਿਰ ਬਾਈ ਜੀ ਨਾਲ ਗੱਲਬਾਤ ਸਾਡੀ ਵੀ ਹੁੰਦੀ ਰਹੀ ਪਰ ਜੋ ਸਾਨੂੰ ਇਹਨਾਂ ਨੇ ਤਸੱਲੀ ਦਿੱਤੀ ਉਹ ਤੇ ਕਿਤੇ ਵੱਧ ਕੇ ਸਾਨੂੰ ਤਿਆਰ ਕਰਕੇ ਭੇਜਿਆ ਜੀ ਜਿਹੜੇ ਵੀ ਤੁਹਾਨੂੰ ਤਾਂ ਨਹੀਂ ਸੀਗਾ ਯਕੀਨ ਉਹਨਾਂ ਨੂੰ ਹੈਗਾ ਸੀ ਦੇਖਣ ਵਾਲਾ ਇੰਨਾ ਵਧੀਆ ਤਿਆਰ ਹੋ ਗਿਆ ਅੱਛਾ ਜੀ ਚਲੋ ਹੁਣ ਤੁਹਾਡੇ ਤੋਂ ਦੇਖ ਲਿਆ ਬਾਈ ਤਾਂ ਹਲੇ ਬਾਅਦ ਚੋਂ ਦੇਖੂਗਾ ਤੇ ਬਾਈ ਸੰਤੁਸ਼ਟ ਹੋ ਸਾਡੀ ਸੇਵਾ ਤੋਂ ਜਿਹੜੀ ਜੋ ਅਸੀਂ ਕੀਤੀ ਜਾਂ ਸਾਡੀ ਸੋਚ ਤੇ ਤੁਸੀਂ ਵਧੀਆ ਕਰਕੇ ਭੇਜਿਆ ਸੰਤੁਸ਼ਟ ਤੇ ਨਹੀਂ ਹੋਊਗੇ ਧੰਨਵਾਦ ਵੀਰੇ ਬਹੁਤ ਬਹੁਤ ਤੇਰਾ ਵੀ ਭਾਈ ਧੰਨਵਾਦ ਆਪਣਾ ਜਿਹੜਾ ਰਾਬਤਾ ਚੈਨਲ ਦੇ ਰਾਹੀਂ ਹੋਇਆ ਕੋਈ ਜਾਣ ਪਛਾਣ ਦੀ ਨਹੀਂ ਅੱਜ ਕੱਲ੍ਹ ਧੋਖਾ ਧੜੀ ਵੀ ਬਹੁਤ ਹੈ ਬਹੁਤ ਹੈ ਜੀ ਬਹੁਤ ਹੈ ਜੀ ਬਹੁਤ ਹੈ ਜੀ ਤੂੰ ਦੇਖ ਲੈ ਬਾਈ ਹੈ ਵੀਰੇ ਬਾਈ ਤੂੰ ਲੱਭ ਲੈ ਤੂੰ ਲੱਭ ਲੈ ਮੈਂ ਕਿਹਾ ਤੂੰ ਲੱਭ ਲੈ
ਠੰਡਾ ਤਾਂ ਮਾਰਦਾ ਸਵੇਰੇ ਸਵੇਰੇ ਠੰਡਾ ਠੰਡਾ ਤਾਂ ਮਾਰਦਾ ਤੂੰ ਸਵੇਰੇ ਸਵੇਰੇ ਤਾਂ ਮਾਰਦਾ ਬਾਈ ਇੱਕ ਵਾਰ ਉਹ ਜ਼ਰੂਰ ਲਿਆਉਣੀਆਂ ਬਿਕਰਮ ਜਿਹੜੀਆਂ ਆਪਾਂ ਲਾਉਣੀਆਂ ਨੰਬਰ ਪਲੇ ਹਾਂ ਪਲੇਟਾਂ ਪਲੇਟਾਂ ਧਿਆਨ ਨਾਲ ਆਉਂਦੇ ਜਾਂਦੇ ਕਿਤੇ ਫੋਨ ਕਰਦੇ ਹੋ ਨਾ ਅਸੀਂ ਦੇਖਿਆ ਤਾਂ ਪਿੱਛੇ ਨੂੰ ਗਿਆ ਭਾਈ ਆ ਪੜ ਨਹੀਂ ਜਾਂਦਾ ਅੱਛਾ ਜੀ ਇਹਨੂੰ ਰਗੜਦੇ ਉਹ ਆਪਾਂ ਪਲੇਟ ਲਾ ਦਾਂਗੇ ਇਹਦੇ ਉੱਤੇ ट्रैक्टर गुरु घर मत्था टकाना है तो भाई वधिया है ना वधिया लग रहा है भी अगले अपन खुशियां उन्होंने खुशियां देख के खुद को खुशी मिल रही है क्लच डूअल डूअल क्लच है भाई डूअल क्लच है हाँ जी हाँ जी क्लच पूरा किवें लगे सच हाँ तुम कि हाँ जी भी ट्रैक्टर डिलीवर हो गया तो सारे वधिया खुशियां मना रहे हैं तो आप वीडियो दान पूरी कर देंगे किवें लगे ट्रैक्टर तो किवें लगे ट्रैक्टर की मॉडिफिकेशन सानू जरूर कमेंट करके दस्यो तो साढ़े तो ट्रैक्टर तैयार कराने लिए नंबर साढ़े स्क्रीन के उत्ते आ ही रहेंगे तो इस तरीके प्यार बनाई रखो भाई मिलते हैं अगली वीडियो के दिलो धन्यवाद भाई ਲੈ ਵੀ ਆਪਣੇ ਵੀਰੇ ਆਹ ਦੇਖੋ ਲੱਡੂ ਬਣ ਰਹੇ ਸਾਰੇ ਤੁਹਾਡੇ ਯਾਰ ਦੋਸਤ ਉਰੇ ਪਹੁੰਚੇ ਹੋਏ ਨੇਗੇ ਤੇ ਮੈਂ ਮਾਤਾ ਜੀ ਤੋਂ ਬਸ ਹੁਣ ਸ਼ਗਨ ਲੈਣ ਲੱਗਿਆ ਮਾਤਾ ਜੀ ਹੈ ਨਾ ਚਾਬੀ ਫੜਾਈ ਦਾ ਵੀ ਇੱਕ ਸ਼ਗਨ ਜਿਹਾ ਹੁੰਦਾ ਹੈਗਾ ਡਾਲਰਾਂ 'ਚ ਮਾਤਾ ਜੀ ਹੈ ਨਾ ਡਾਲਰਾਂ 'ਚ ਨਾਲੇ ਚਲੋ ਆ ਜਾਓ ਬਾਈ ਇੱਕ ਸਾਰੇ ਫੋਟੋ ਲੈ ਲੈਂਦੇ ਹਾਂ ਟਰੈਕਟਰ ਨਾਲ ਹੈ ਨਾ ਆ ਜਾਓ